ਪ੍ਰਾਈਮ ਏਸ਼ੀਆ ਟੀਵੀ ਦੇ ਪ੍ਰਾਈਮ ਹਿਸਟਰੀ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਭਨਾਂ ਦਾ ਬਹੁਤ ਬਹੁਤ ਸਵਾਗਤ ਹੈ। ਪਿਛਲੇ ਦੋ ਤਿੰਨ ਪ੍ਰੋਗਰਾਮਸ ਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਕਿਵੇਂ ਗਦਰ ਪਾਰਟੀ ਜਿਹੜੀ ਸਿਖਰ 'ਤੇ ਜਾ ਕੇ ਫੇਲ ਹੋ ਗਈ, ਅਸਫਲਤਾ ਦੇ ਕੀ ਕਾਰਨ ਸੀ। ਜਿਵੇਂ ਡਾਕਟਰ ਸੰਧੂ ਹੁਣ ਦੱਸਿਆ ਕਿ ਸਮਾਂ ਘੱਟ ਸੀ ਉਹਨਾਂ ਕੋਲ, ਲੀਡਰਸ਼ਿਪ ਦੀ ਘਾਟ ਸੀ ਔਰ ਫੰਡਾਂ ਦੀ ਘਾਟ ਸੀ, ਫਿਰ ਨਾਲ ਦੀ ਨਾਲ ਇੱਕ ਬਹੁਤ ਠੋਸ ਅਹਿਮ ਕਾਰਨ ਇਹ ਸੀ ਕਿ ਪੰਜਾਬ ਦੀ ਜਿਹੜੀ ਆਵਾਮ ਸੀ ਉਹ ਲੋਕ ਜਿਹੜੇ ਸੀ ਉਹ ਨਾਲ ਨਹੀਂ ਸੀ, ਉਹ ਉਹਨਾਂ ਨੂੰ ਕੈਨੇਡਾ ਤੋਂ ਆਏ ਹੋਏ ਚੋਰ ਡਕੈਤ ਸਮਝਦੇ ਸੀ। ਅੱਜ ਕੁਝ ਹੋਰ ਕਾਰਨ ਅਤੇ ਨਾਲ ਦੀ ਨਾਲ ਜਿਹੜੀ ਗਦਰ ਪਾਰਟੀ ਦੀ ਸਪਿਰਿਟ ਸੀ ਅਤੇ ਫਿਰ ਗਦਰ ਪਾਰਟੀ ਫੇਲ ਹੋਣ ਤੋਂ ਬਾਅਦ ਅੱਗੇ ਆਉਣ ਵਾਲੀਆਂ ਜਿਹੜੀਆਂ ਜਥੇਬੰਦੀਆਂ ਜਿਹੀਆਂ ਲਹਿਰਾਂ ਸੀ ਉਹਨਾਂ 'ਤੇ ਕੀ ਪ੍ਰਭਾਵ ਪਿਆ, ਗਦਰ ਪਾਰਟੀ ਦਾ ਸਮੁੱਚਾ ਜਿਹੜਾ ਹਾਲ ਹੈ ਜੀ, ਡਾਕਟਰ ਵਰਿਆਮ ਸੰਧੂ ਹੁਣਾਂ ਕੋਲ ਜਾਣਾਂਗੇ। ਆਓ ਜੀ ਗੱਲ ਦੀ ਲੜੀ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ, ਪਿਛਲੇ ਪ੍ਰੋਗਰਾਮ ਦੇ ਵਿੱਚ ਕਾਫੀ ਕਾਰਨ ਤੁਸੀਂ ਗਿਣਾਏ ਸੀ ਕਿ ਜਦੋਂ ਅੰਗਰੇਜ਼ੀ ਸਾਮਰਾਜ ਦੇ ਵਿਰੁੱਧ ਗਦਰ ਪਾਰਟੀ ਲਾਮਬੱਧ ਹੋਈ, ਔਰ ਬਿਲਕੁਲ ਇਹ ਗੱਲ ਤੁਸੀਂ ਦੱਸੀ ਸੀ ਕਿ ਅੰਗਰੇਜ਼ੀ ਸਾਮਰਾਜ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਫੈਲਿਆ ਹੋਇਆ, ਲਾਲਚ ਵੀ ਦਿੰਦੇ ਸੀ, ਡਰ ਵੀ ਦਿੰਦੇ ਸੀ, ਆਵਾਮ ਦਬਾਈ ਹੋਈ ਸੀ, ਗੰਢੀ ਹੋਈ ਸੀ, ਪਰ ਫਿਰ ਵੀ ਬਹੁਤ ਵੱਡਾ ਯਤਨ ਸੀ ਗਦਰ ਪਾਰਟੀ ਦਾ ਕਿ ਇੱਕ ਸਿਰੇ 'ਤੇ ਜਾ ਕੇ ਉਹ ਫੇਲ ਹੋ ਗਈ। ਹਾਂ, ਮੈਂ ਦੱਸਣਾ ਭੁੱਲ ਗਿਆ ਸੀ ਸ਼ੁਰੂ ਦੇ ਵਿੱਚ, ਗੱਦਾਰਾਂ ਦਾ ਵੀ ਬਹੁਤ ਵੱਡਾ ਰੋਲ ਸੀ ਇਹਨੂੰ ਫੇਲ ਕਰਾਉਣ ਦੇ ਵਿੱਚ। ਅਤੇ ਅੱਜ ਆਪਾਂ ਥੋੜ੍ਹੀ ਜਿਹੀ ਕਾਰਨ ਤਾਂ ਹੋ ਗਈ ਸੀ, ਸਪਿਰਿਟ ਦੀ ਗੱਲ ਕਰਾਂ ਕਿ ਗਦਰ ਪਾਰਟੀ ਜਿਹੜੀ ਇੰਨੀ ਸਪਿਰਿਟ ਦੇ ਨਾਲ ਕਿਸੇ ਦੇ ਖਿਲਾਫ ਝੰਡਾ ਚੁੱਕ ਲੈਣਾ ਹੀ ਉਹ ਹੀ ਬਹੁਤ ਵੱਡੀ ਜਿੱਤ ਹੁੰਦੀ ਜਦੋਂ ਸਾਰੇ ਪਾਸੇ ਹਾਕਮ ਦਾ ਰਾਜ ਹੋਵੇ। ਸੋ ਇਹ ਸਪਿਰਿਟ ਕਿਵੇਂ ਲੋਕਾਂ ਦੇ ਵਿੱਚ, ਜਿਹੜੇ ਗਦਰ ਪਾਰਟੀ ਦੇ ਇੰਨੇ ਹਜ਼ਾਰਾਂ ਮੈਂਬਰ ਸੀ ਉਹਨਾਂ ਦੇ ਵਿੱਚ ਇਹ ਬੜੀ, ਇਹਦੇ ਬਾਰੇ ਅੱਜ ਮੈਂ ਚਾਹੁੰਦਾ ਕਿ ਕੇਂਦਰਿਤ ਕਰੀਏ ਅੱਜ ਦਾ ਪ੍ਰੋਗਰਾਮ। ਇਹ ਠੀਕ ਤੁਹਾਡੀ ਗੱਲ ਜਿਹੜੀ ਤੁਸੀਂ ਜ਼ਿਕਰ ਕੀਤਾ ਹੈ ਕਿ ਇੱਕ ਸਿਖਰ ਦੇ ਉੱਤੇ ਪਹੁੰਚ ਕੇ ਗਦਰ ਲਹਿਰ ਜਿਹੜੀ ਸੀ ਉਹ ਫੇਲ ਹੋ ਗਈ। ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ, ਜਿਹੜੇ ਕਾਰਨ ਤੁਸੀਂ ਦੱਸੇ ਸੀ ਬੜੀਆਂ ਕਈ ਪਾਸਿਆਂ ਦੀਆਂ ਕਮਜ਼ੋਰੀਆਂ ਸੀਗੀਆਂ। ਤੁਸੀਂ ਕਿਹਾ ਹੈ ਕਿ ਜਨਤਾ ਦਾ ਸਾਥ ਨਹੀਂ ਸੀ ਹੈਗਾ, ਲੀਡਰਸ਼ਿਪ ਦੀ ਘਾਟ ਸੀ, ਸਮੇਂ ਦੀ ਘਾਟ ਸੀ, ਉਹ ਜਿਹੜੀ ਗੋਪਨੀਯਤਾ ਸੀਗੀ ਸਾਰੇ ਪ੍ਰੋਗਰਾਮ ਦੀ ਉਹ ਕਾਇਮ ਨਹੀਂ ਸੀ ਰੱਖ ਸਕੇ। ਜਿਹੜੀਆਂ ਧਾਰਮਿਕ ਜਥੇਬੰਦੀਆਂ ਸੀਗੀਆਂ ਪੰਜਾਬ ਦੀਆਂ, ਉਹ ਵੀ ਜਿਹੜੀਆਂ ਸੀਗੀਆਂ ਉਹ ਸਰਕਾਰ ਦੇ ਨਾਲ ਸੀਗੀਆਂ, ਉਹ ਗਦਰੀਆਂ ਦੇ ਖਿਲਾਫ ਸੀਗੀਆਂ। ਇਸੇ ਤਰ੍ਹਾਂ ਹੀ ਜਿਹੜੀਆਂ ਦੇਸੀ ਰਿਆਸਤਾਂ ਸੀਗੀਆਂ ਉਹਨਾਂ ਦੀ ਪੁਲਿਸ ਜਿਹੜੀ ਸੀ ਉਹ ਵੀ ਸਰਕਾਰ ਦੀ ਮਦਦ ਕਰਦੀ ਪਈ ਸੀਗੀ, ਔਰ ਇਹ ਤੋਂ ਇਲਾਵਾ ਸਰਕਾਰ ਦਾ ਆਪਣਾ ਜਸੂਸੀ ਦਾ ਢਾਂਚਾ ਜਿਹੜਾ ਸੀ ਉਹ ਅਮਰੀਕਾ ਅਤੇ ਕਨੇਡਾ ਤੋਂ ਲੈ ਕੇ ਜਿਹੜਾ ਸੀਗਾ ਉਹ ਭਾਰਤ ਤੱਕ ਅਤੇ ਜਿਹੜੇ ਬਾਹਰਲੇ ਟਾਪੂ ਸੀ ਪੂਰਬੀ ਉੱਥੋਂ ਤੱਕ ਫੈਲਿਆ ਹੋਇਆ ਸੀਗਾ, ਔਰ ਉਹਨਾਂ ਦੇ ਕੋਲ ਸਾਰੀਆਂ ਸੂਚਨਾਵਾਂ ਜਿਹੜੀਆਂ ਸੀ ਉਹ ਪਹਿਲਾਂ ਹੀ ਸੀਗੀਆਂ, ਜਿਹੜੀਆਂ ਕਿ ਗਦਰ ਲਹਿਰ ਨੂੰ ਆਪਣੀ ਗ੍ਰਿਫਤ ਵਿੱਚ ਲੈਣ ਦੇ ਵਾਸਤੇ ਬਹੁਤ ਸਹਾਈ ਹੋਈਆਂ ਜੀ। ਇੱਕ ਨੁਕਤਾ ਆਪਾਂ ਇਹ ਵੀ ਅਖੀਰ 'ਤੇ ਡਿਸਕਸ ਕੀਤਾ ਸੀਗਾ ਕਰਦਿਆਂ ਕਰਦਿਆਂ ਕਿ ਸਾਡੇ ਜਿਹੜਾ ਹਿੰਦੁਸਤਾਨੀ ਆਦਤਾਂ ਅਤੇ ਜਿਹੜਾ ਸਾਡਾ ਪੰਜਾਬੀ ਸੁਭਾਅ ਆ ਕਿ ਨਹੀਂ, ਜਿਹਦੇ ਵਿੱਚ ਹੁੰਦਾ ਕਿ ਚਲੋ ਕੋਈ ਨਹੀਂ ਵੇਖੀ ਜਾਊਗੀ, ਜੋ ਹੁੰਦਾ ਆਪਾਂ ਕਰ ਲੈਂਦੇ ਹਾਂ, ਮਤਲਬ ਜਿਹਦੇ ਬਾਰੇ ਜਿਹੜੀ ਇੰਡੀਅਨ ਸੈਡੀਸ਼ਨ ਕਮੇਟੀ ਸੀ ਨਾ ਉਹਨਾਂ ਨੇ ਕਿਹਾ ਕਿ ਜਿਹੜੇ ਪੰਜਾਬ ਦੇ ਸਿਰ ਲੱਥ ਚੜ੍ਹਦੀ ਕਲਾ ਵਾਲੇ ਸਿੱਖ ਆ ਨਾ ਜੀ, ਇਹਨਾਂ ਦੇ ਸੋਚਣ ਵਿੱਚ ਅਤੇ ਇਹਨਾਂ ਦੇ ਅਮਲ ਵਿੱਚ ਬਹੁਤ ਥੋੜ੍ਹਾ ਅੰਤਰ ਹੁੰਦਾ। ਠੀਕ ਹੈ, ਮਤਲਬ ਇਹਦੇ ਬਾਰੇ ਤਾਂ ਲਤੀਫੇ ਵੀ ਸਾਡੇ ਬਣੇ ਹੋਏ ਆ ਵੀ ਮੁਸਲਮਾਨ ਜਿਹੜਾ ਉਹ ਜਦੋਂ ਕੰਮ ਕਰ ਰਿਹਾ ਹੁੰਦਾ ਕਿ ਨਹੀਂ, ਕੋਈ ਐਕਸ਼ਨ ਕਰ ਰਿਹਾ ਹੁੰਦਾ ਉਹ ਉਦੋਂ ਸੋਚ ਰਿਹਾ ਹੁੰਦਾ, ਹਿੰਦੂ ਪਹਿਲਾਂ ਸੋਚ ਰਿਹਾ ਹੁੰਦਾ ਸਾਰੇ ਕੁਛ ਦੇ ਬਾਰੇ ਅਤੇ ਸਿੱਖ ਜਿਹੜਾ ਉਹ ਕਰਕੇ ਸੋਚਦਾ, ਮਤਲਬ ਲਤੀਫੇ ਨੇ। ਪਰ ਇਹ ਸਟੀਸ਼ਨ ਕਮੇਟੀ ਨੇ ਕਿਹਾ ਕਿ ਇਹਨਾਂ ਦੇ ਸੋਚਣ ਵਿੱਚ ਅਤੇ ਇਹਨਾਂ ਦੇ ਅਮਲ ਦੇ ਵਿੱਚ ਫਰਕ ਬਹੁਤ ਥੋੜ੍ਹਾ ਹੁੰਦਾ ਜੀ, ਤੁਰਤ ਫੁਰਤ ਜਿਹੜੇ ਨੇ ਕਿ ਨਹੀਂ ਇਹ, ਮਤਲਬ ਜਿਵੇਂ ਇਹਦੇ ਇਸ ਦਾ ਇੱਕ ਜੇ ਉਦਾਹਰਨ ਆਪਾਂ ਦੇਖਣੀ ਹੋਵੇ ਤਾਂ ਆਪਾਂ ਦੇਖ ਸਕਦੇ ਹਾਂ ਕਿ ਕਿਰਪਾਲ ਸਿੰਘ ਵਰਗਾ ਬੰਦਾ ਜਿਹੜਾ ਆ ਉਹਨੂੰ ਜਾ ਕੇ ਜਦੋਂ ਮਿਲਿਆ ਅਤੇ ਮਿਲਦਿਆਂ ਸਾਰ ਹੀ ਉਹਨੇ ਕਿਹਾ ਕਿ ਮੈਂ ਪਾਰਟੀ ਵਿੱਚ ਕੰਮ ਕਰਨਾ ਚਾਹੁੰਦਾ, ਅਤੇ ਉਹਦੇ ਬਾਰੇ ਬਹੁਤ ਹੀ ਪਰਖ ਪੜਚੋਲ ਕੀਤਿਆਂ, ਸਿਰਫ ਇਹ ਨਿਧਾਨ ਸਿੰਘ ਚੁੱਗਾ ਨੇ ਇਹ ਸੋਚ ਕੇ ਕਿ ਇਹ ਉੱਥੇ ਸ਼ੰਘਾਈ ਵਿੱਚ ਸਾਡੇ ਕੋਲ ਹੀ ਹੁੰਦਾ ਸੀਗਾ ਅਤੇ ਕੋਈ ਨਹੀਂ ਆਪਣਾ ਹੀ ਬੰਦਾ, ਔਰ ਉਹਨੂੰ ਐਡੇ ਜ਼ਿੰਮੇਵਾਰ ਅਹੁਦੇ 'ਤੇ ਲਾ ਦਿੱਤਾ। 9 ਤਰੀਕ ਨੂੰ ਉਹਨੂੰ ਜਿਹੜਾ 19 ਨੂੰ ਉਹਨਾਂ ਨੇ ਗਦਰ ਕਰਨਾ ਸੀਗਾ, 21 ਨੂੰ ਪਹਿਲਾਂ ਕਰਨਾ ਸੀ ਫਿਰ 19 ਨੂੰ ਕੀਤਾ, ਔਰ 9 ਤਰੀਕ ਨੂੰ ਉਹਨੂੰ ਸ਼ਾਮਿਲ ਕਰ ਲਿਆ। ਅਤੇ ਜਿਹੜਾ ਉਸ ਮਾਝੇ ਦੇ ਏਰੀਏ ਦਾ, ਲਾਹੌਰ ਦੇ ਏਰੀਏ ਦਾ ਇੰਚਾਰਜ ਮੂਲਾ ਸਿੰਘ ਜਿਹੜਾ ਗ੍ਰਿਫਤਾਰ ਹੋ ਗਿਆ ਸੀ ਇੱਕ ਦਿਨ ਪਹਿਲਾਂ ਹੀ, ਉਹਦੀ ਥਾਂ ਉੱਤੇ ਉਹਨੂੰ ਇੰਚਾਰਜ ਵੀ ਬਣਾ ਦਿੱਤਾ ਜੀ। ਮਤਲਬ ਇਹ ਸੀ ਕਿ ਕੁਝ ਗੱਲਾਂ ਜਿਹੜੀਆਂ ਸੀ ਉਹ ਸੋਚੇ ਤੋਂ ਬਿਨਾਂ ਵੀ ਜਿਹੜੀਆਂ ਉਹਨਾਂ ਨੇ ਕੀਤੀਆਂ, ਇਹਦਾ ਨੁਕਸਾਨ ਵੀ ਹੋਇਆ। ਠੀਕ ਹੈ, ਖੈਰ ਬਹਰਹਾਲ ਆਪਾਂ ਅੱਜ ਗੱਲ ਕਰ ਰਹੇ ਹਾਂ ਕਿ ਸਾਰੀ ਲਹਿਰ ਦਾ
ਤੁਸੀਂ ਕਹਿ ਰਹੇ ਹੋ ਕਿ ਇਹਦਾ ਮੁਲਾਂਕਣ ਵੀ ਕਰੀਏ, ਉਸ ਸਪਿਰਿਟ ਦੀ ਗੱਲ ਵੀ ਕਰੀਏ ਜਿਸ ਸਪਿਰਿਟ ਦੇ ਸਿਰ ਦੇ ਉੱਤੇ ਉਹ ਇੰਨੀ ਵੱਡੀ ਅਤੇ ਖਤਰਨਾਕ ਲੜਾਈ ਜਿਹੜੀ ਸੀਗੀ ਉਹ ਲੜ ਗਏ ਅਤੇ ਜਿੱਤਦੇ ਜਿੱਤਦੇ ਜਿਹੜੇ ਸੀ ਉਹ ਹਾਰ ਗਏ। ਠੀਕ ਹੈ। ਆਮ ਤੌਰ ਉੱਤੇ ਸਾਡੇ ਇਹ ਕਿਹਾ ਜਾਂਦਾ ਹੈ ਕਿ ਵੇਖੋ ਜੀ ਫਲਾਣੇ ਨੇ ਤਨ ਮਨ ਅਤੇ ਧਨ ਇਹ ਕੁਰਬਾਨ ਕਰ ਦਿੱਤਾ ਹੈ ਨਾ, ਤਾਂ ਇਹ ਤਿੰਨ ਚੀਜ਼ਾਂ ਜਿਹੜੀਆਂ ਨੇ ਕੁਰਬਾਨੀ ਦੇ ਹਵਾਲੇ ਦੇ ਨਾਲ ਅਸੀਂ ਗਿਣਦੇ ਹਾਂ ਕਿ ਤਨ ਦੀ ਕੁਰਬਾਨੀ, ਮਨ ਦੀ ਕੁਰਬਾਨੀ ਅਤੇ ਧਨ ਦੀ ਕੁਰਬਾਨੀ। ਜੀ, ਤਨ ਦੀ ਕੁਰਬਾਨੀ ਕਹਿਣ ਨੂੰ ਤਾਂ ਪਹਿਲਾਂ ਆਉਂਦੀ ਹੈ ਵੀ ਤਨ ਦੀ ਕੁਰਬਾਨੀ, ਪਰ ਅਸਲ ਵਿੱਚ ਤਨ ਦੀ ਕੁਰਬਾਨੀ ਤਾਂ ਬਾਅਦ ਦੀ ਅਖੀਰਲੀ ਮੰਜ਼ਿਲ ਹੈਗੀ ਆ। ਜੀ, ਪਹਿਲਾਂ ਤਾਂ ਹੈ ਮਨ, ਜੇ ਤੁਹਾਡਾ ਮਨ ਹੀ ਨਹੀਂ ਗਾ ਬਣਦਾ ਤਾਂ ਫਿਰ ਨਾ ਤੁਸੀਂ ਧਨ ਦੇ ਸਕਦੇ ਹੋ ਉਸ ਕੰਮ ਦੇ ਵਾਸਤੇ, ਅਤੇ ਨਾ ਹੀ ਤੁਸੀਂ ਉਸ ਕੰਮ ਦੇ ਵਾਸਤੇ ਤਨ ਲਾ ਸਕਦੇ ਹੋ। ਠੀਕ ਹੈ ਨਾ। ਠੀਕ ਹੈ। ਤਨ ਦਾ ਮਤਲਬ ਸਿਰਫ ਇਹ ਨਹੀਂ ਗਾ ਕਿ ਤੁਸੀਂ ਜਾਨ ਹੀ ਵਾਰਨੀ ਹੈ, ਤਨ ਦਾ ਮਤਲਬ ਹੁੰਦਾ ਕਿ ਤੁਸੀਂ ਆਪਣੀ ਉਸ ਕੰਮ ਵਿੱਚ ਸਰਗਰਮ ਸ਼ਮੂਲੀਅਤ ਕਰਨੀ ਹੈ ਨਾ। ਜੀ, ਹੁਣ ਆਪਾਂ ਜਾਣਦੇ ਹਾਂ, ਆਪਾਂ ਜ਼ਿਕਰ ਕੀਤਾ ਵਾਰ ਵਾਰ ਕਿ ਸਾਡੇ ਲੋਕ ਬਾਹਰ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਗਏ ਸਨ, ਚੰਗੇ ਜੀਵਨ ਦੀ ਤਾਂਘ ਲੈ ਕੇ ਗਏ ਸੀਗੇ। ਹੁਣ ਵੀ ਇਸੇ ਕੰਮ ਨੂੰ ਸਾਡੇ ਲੋਕ ਇੱਥੇ ਆਉਂਦੇ ਨੇ, ਚੰਗੇ ਜੀਵਨ ਦੇ ਵਾਸਤੇ, ਚੰਗੀ ਰੋਜ਼ੀ ਰੋਟੀ ਦੀ ਤਲਾਸ਼ ਵਾਸਤੇ, ਆਪਣੇ ਜੀਵਨ ਪੱਧਰ ਨੂੰ ਹੋਰ ਉੱਚਾ ਚੁੱਕਣ ਦੇ ਵਾਸਤੇ ਉਹ ਵੀ ਇਸੇ ਕੰਮ ਵਾਸਤੇ ਗਏ ਸੀਗੇ। ਪਰ ਜਦੋਂ ਉੱਥੇ ਉਹਨਾਂ ਨੇ ਆਪਣੇ ਨਾਲ ਲਗਾਤਾਰ ਵਿਤਕਰਾ ਹੁੰਦਾ ਦੇਖਿਆ, ਉਹਨਾਂ ਨੂੰ ਮਹਿਸੂਸ ਹੋਇਆ ਕਿ ਇਹ ਜਿਹੜੇ ਆਜ਼ਾਦ ਮੁਲਕ ਨੇ ਅਮਰੀਕਾ ਵਰਗੇ, ਉੱਥੇ ਜਿਹੜੇ ਲੋਕ ਨੇ ਉਹਨਾਂ ਦੀ ਰਹਿਣੀ, ਉਹਨਾਂ ਦੀ ਜੀਵਨ ਸ਼ੈਲੀ ਜਿਹੜੀ ਹੈ ਉਹ ਕੀ ਹੈ, ਅਤੇ ਸਾਡੀ ਗੁਲਾਮਾਂ ਦੀ ਜੀਵਨ ਸ਼ੈਲੀ ਜਿਹੜੀ ਕੀ ਹੈਗੀ ਹੈ, ਉੱਥੇ ਇੱਕ ਆਜ਼ਾਦੀ ਦੀ ਚਿਲੰਗ ਜਿਹੜੀ ਸੀ ਉਹਨਾਂ ਦੇ ਮਨ ਦੇ ਵਿੱਚ ਪੈਦਾ ਹੋ, ਜਿਹਨੂੰ ਆਪਾਂ ਕਹਿੰਦੇ ਮਨ ਬਣਨਾ ਪਹਿਲਾਂ। ਠੀਕ ਹੈ। ਮਨ ਬਣ ਗਿਆ ਕਿ ਅਸੀਂ ਦੇਸ਼ ਨੂੰ ਆਜ਼ਾਦ ਕਰਵਾਉਣਾ ਹੈ। ਜਦੋਂ ਮਨ ਬਣ ਗਿਆ ਤਾਂ ਮਨ ਬਣਨ ਤੋਂ ਬਾਅਦ ਅਗਲੀ ਗੱਲ ਹੁੰਦੀ ਹੈ ਧਨ ਦੀ। ਬਿਲਕੁਲ। ਆਪਾਂ ਜੇ ਹੁਣ ਧਨ ਦੀ ਗੱਲ ਕਰਾਂਗੇ ਨਾ ਉਹਨਾਂ ਦੀ, ਤਾਂ ਅਸੀਂ ਦੇਖਦੇ ਕਿ ਜਦੋਂ ਆਸਟ੍ਰੇਲੀਆ ਵਿੱਚ ਬ੍ਰਾਈਡਲ ਵੇਲ ਵਿੱਚ ਪਹਿਲੀ ਮੀਟਿੰਗ ਹੀ ਹੁੰਦੀ ਆ, ਉੱਥੇ $700-800 ਜਿਹੜਾ ਉਹ ਇਕੱਠਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਕੀ ਹੋਇਆ, ਉਸ ਇਲਾਕੇ ਵਿੱਚ ਵਾਨਾ ਵਿੱਚ, ਸੇਂਟ ਜੌਨ ਵਿੱਚ, ਸਿਆਟਲ ਵਿੱਚ, ਹੋਰਨਾਂ ਥਾਵਾਂ 'ਤੇ ਜਿੰਨੀਆਂ ਮੀਟਿੰਗਸ ਹੋਈਆਂ, ਲੋਕਾਂ ਨੇ ਦਿਲ ਖੋਲ੍ਹ ਕੇ ਪੈਸੇ ਜਿਹੜੇ ਸੀ ਦਿੱਤੇ। ਡਾਕਟਰ ਸਾਹਿਬ, ਇੱਥੇ ਸਵਾਲ ਕਰਨਾ ਚਾਹਾਂਗਾ ਮੈਂ ਤੁਹਾਨੂੰ ਪੰਜਾਬੀਆਂ ਦੇ ਜਜ਼ਬਾਤਾਂ ਬਾਰੇ, ਲੇਕਿਨ ਸਮਾਂ ਇੱਕ ਵਕਫੇ ਦਾ ਹੋ ਗਿਆ ਕਿ ਉਹਨਾਂ ਬਾਅਦ ਵਿੱਚ ਆਪਾਂ ਗੱਲ ਦੀ ਲੜੀ ਜਿਹੜੀ ਜਾਰੀ ਕਰੀਏ। ਇੱਕ ਬੜਾ ਮਹੱਤਵਪੂਰਨ ਸਵਾਲ ਹੈ ਜੀ ਮੇਰੇ ਜ਼ਿਹਨ ਦੇ ਵਿੱਚ ਪੰਜਾਬੀਆਂ ਦੇ ਸੁਭਾਅ ਨੂੰ ਲੈ ਕੇ ਔਰ ਇਸ ਕ੍ਰਾਂਤੀ ਨੂੰ ਲੈ ਕੇ, ਲੇਕਿਨ ਸਮਾਂ ਇੱਕ ਵਕਫੇ ਦਾ ਹੋ ਗਿਆ, ਇਸ ਤੋਂ ਬਾਅਦ ਅਗਲੀ ਜਾਣਕਾਰੀ ਡਾਕਟਰ ਸੰਧੂ ਹੁਣਾਂ ਕੋਲ ਲੈਂਦੇ ਹਾਂ ਜੀ। ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਇਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਔਰ ਗੱਲਬਾਤ ਚੱਲ ਰਹੀ ਸੀ ਕਿਵੇਂ ਗਦਰ ਪਾਰਟੀ ਵਾਸਤੇ ਧਨ ਇਕੱਠਾ ਕੀਤਾ ਜਾ ਰਿਹਾ ਸੀ, ਉਹ ਜੀ ਗੱਲ ਕਰਦੇ ਡਾਕਟਰ ਸੰਧੂ ਹੋਣਾਂ ਦੇ ਨਾਲ। ਡਾਕਟਰ ਸਾਹਿਬ, ਬ੍ਰੇਕ ਤੋਂ ਪਹਿਲਾਂ ਮੇਰਾ ਸਵਾਲ ਇਹ ਸੀ ਕਿ ਉਸ ਵੇਲੇ ਚੰਦਾ ਜਿਹੜਾ ਸੀ ਇਹਨਾਂ ਨੂੰ ਮਿਲ ਰਿਹਾ ਸੀ, ਲੇਕਿਨ ਗਦਰ ਪਾਰਟੀ ਜਦੋਂ ਸਥਾਪਨਾ ਹੋਈ ਸੀ, ਇਹ ਆਪਾਂ ਪਹਿਲਾਂ ਵੀ ਗੱਲ ਕੀਤੀ ਲੇਕਿਨ ਇੱਕ ਵਾਰੀ ਫਿਰ ਦੁਹਰਾ ਲਈਏ ਕਿ ਉਸ ਵੇਲੇ ਗਦਰ ਅਖਬਾਰ, ਔਰ ਕਿਉਂਕਿ ਬਹੁਤ ਵੱਡੇ ਪੱਧਰ ਦੇ ਉੱਪਰ ਗਦਰ ਅਖਬਾਰ ਛਪਣਾ ਸ਼ੁਰੂ ਹੋਇਆ ਸੀ, ਅਤੇ ਉਸ ਵੇਲੇ ਕਿਸ ਤਰੀਕੇ ਦੇ ਨਾਲ ਜਿਹੜਾ ਗਦਰ ਪਾਰਟੀ ਮੈਨੇਜ ਕਰਦੀ ਹੁੰਦੀ ਸੀ ਸਰ? ਇਹੋ ਹੀ ਜਿਹੜੀ ਆਪਾਂ, ਜੇ ਆਪਾਂ ਤੁਹਾਡੇ ਵਾਲੀ ਗੱਲ ਨੂੰ ਆਪਾਂ ਅੱਗੇ ਪਹਿਲੀ ਗੱਲ ਨੂੰ ਅੱਗੇ ਤੋਰ ਲਈਏ, ਅਤੇ ਆਪਾਂ ਇਹ ਕਹਿ ਰਹੇ ਸੀਗੇ ਕਿ ਜਿੱਥੇ ਵੀ ਮੀਟਿੰਗਸ ਹੁੰਦੀਆਂ ਸੀਗੀਆਂ ਉੱਥੇ ਹੀ ਲੋਕ ਦਿਲ ਖੋਲ੍ਹ ਕੇ ਜਿਹੜੇ ਸੀਗੇ ਉਹ ਪਾਰਟੀ ਵਾਸਤੇ ਚੰਦਾ ਦਿੰਦੇ ਸੀਗੇ। ਸਟਾਕਟਨ ਦੇ ਵਿੱਚ ਮੀਟਿੰਗ ਹੋਈ ਅਤੇ ਉੱਥੇ ਤਾਂ ਆਪਣੀਆਂ ਜਾਨਾਂ ਸਮਰਪਿਤ ਕਰਨ ਵਾਸਤੇ ਵੀ ਜਿਹੜਾ ਸੀਗੀ ਸਹੁੰਾਂ ਖਾਧੀਆਂ ਗਈਆਂ। ਜੀ, ਤੁਸੀਂ ਗੱਲ ਕਰ ਰਹੇ ਗਦਰ ਅਖਬਾਰ ਦੀ, ਜਦੋਂ ਗਦਰ ਅਖਬਾਰ ਸ਼ੁਰੂ ਕੀਤਾ ਤਾਂ ਉਸ ਵੇਲੇ ਕਰਤਾਰ ਸਿੰਘ ਸਰਾਭੇ ਨੇ ਜਿਹੜੇ $200 ਉਹਦੇ ਕੋਲ ਸੀ ਕਿ ਨਹੀਂ ਪੜ੍ਹਾਈ ਦੇ ਖਰਚੇ ਵਾਲੇ, ਉਹ ਨਾਲ ਹੀ ਲੈ ਕੇ ਅਤੇ ਪਾਰਟੀ ਨੂੰ ਦੇ ਦਿੱਤੇ ਅਤੇ ਨਾਲ ਲਾਲਾ ਹਰਦਿਆਲ ਦੇ ਅਖਬਾਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜੀ, ਗਦਰ ਅਖਬਾਰ ਜਿਹੜਾ ਸੀ ਕਿ ਨਹੀਂ, ਅਸੀਂ ਇਹ ਅੱਗੇ ਜ਼ਿਕਰ ਕੀਤਾ ਸੀ ਕਿ ਹੌਲੀ ਹੌਲੀ ਇੰਨੀ ਵੱਡੀ ਗਿਣਤੀ ਵਿੱਚ ਛਪਣਾ ਸ਼ੁਰੂ ਹੋ ਗਿਆ ਸੀਗਾ। ਉਹਦੇ 'ਤੇ ਡਾਕ ਦਾ ਖਰਚਾ ਵੀ ਹੁੰਦਾ ਸੀ, ਛਪਾਈ ਦਾ ਖਰਚਾ ਵੀ ਹੁੰਦਾ ਸੀਗਾ, ਮਸ਼ੀਨਾਂ ਵੀ ਸੀ, ਕਾਗਜ਼ ਵੀ, ਸਾਰਾ ਕੁਛ ਲੱਖਾਂ ਦੀ ਗਿਣਤੀ ਵਿੱਚ ਵੀ ਕਹਿੰਦੇ ਛਪਣ ਲੱਗ ਪਿਆ ਸੀਗਾ। ਜੀ, ਇਹ ਜਿੱਥੇ ਵੀ ਜਾਂਦਾ ਸੀ ਮੁਫਤ ਜਾਂਦਾ ਸੀਗਾ। ਠੀਕ ਹੈ। ਗਦਰ ਅਖਬਾਰ ਦੇ ਵਾਸਤੇ ਜਿੰਨਾ ਵੀ ਖਰਚਾ ਹੁਣ ਆਉਂਦਾ ਸੀਗਾ ਇਹ ਲੋਕ ਦਿੰਦੇ ਸੀਗੇ।
ਜੀ ਮਤਲਬ ਇਹ ਮਾਇਆ ਇਸ ਤਰੀਕੇ ਦੇ ਨਾਲ ਦਿਲ ਖੋਲ੍ਹ ਕੇ ਲੋਕਾਂ ਨੇ ਦਿੱਤੀ। ਦੂਜੇ ਪਾਸੇ ਨਾਲ ਦੇ ਨਾਲ ਇਹ ਸੀਗਾ ਕਿ ਲੋਕ ਮਾਇਆ ਦਿੰਦੇ ਸੀਗੇ ਅਤੇ ਜਿੰਨੇ ਸੰਕੋਚ ਨਾਲ ਜਿੰਨੇ ਸਰਫੇ ਦੇ ਨਾਲ ਜਿਹੜੇ ਬੰਦੇ ਸਰਗਰਮੀ ਦੇ ਨਾਲ ਲੱਗੇ ਹੋਏ ਸੀਗੇ ਉਹ ਉਹਨਾਂ ਪੈਸਿਆਂ ਨੂੰ ਵਰਤਦੇ ਸੀ। ਇਹ ਆਪਣੇ ਆਪ ਦੇ ਵਿੱਚ ਜਿਹੜੀ ਆਪਾਂ ਗਦਰਲੈਂਡ ਦੀ ਸਪਿਰਿਟ ਦੀ ਗੱਲ ਕਰਦੇ ਹਾਂ ਨਾ, ਲੋਕ ਜਿਹੜੇ ਸੀ ਉਹ ਪੈਸੇ ਦੇ ਰਹੇ ਸੀ, ਮਤਲਬ ਦਿਲ ਖੋਲ੍ਹ ਕੇ ਪੈਸੇ ਦੇ ਰਹੇ ਨੇ। ਲੱਖਾਂ ਦੀ ਗਿਣਤੀ ਵਿੱਚ ਅਖਬਾਰ ਛਪਦਾ ਪਿਆ, ਮੁਫਤ ਜਾ ਰਿਹਾ, ਖਰਚਾ ਇੰਨਾ ਹੋ ਰਿਹਾ। ਦੂਜੇ ਪਾਸੇ ਜਿਹੜੇ ਲੋਕ ਯੁਗਾਂਤਰ ਆਸ਼ਰਮ ਵਿੱਚ ਕੰਮ ਕਰਦੇ ਪਏ ਨੇ ਜੀ, ਉੱਥੇ ਪਹਿਲਾਂ ਉਹਨਾਂ ਨੂੰ ਇਹ ਕਿਹਾ ਗਿਆ ਸੀ ਕਿ ਤੁਸੀਂ ਕਿੰਨੀ ਯੁਗਾਂਤਰ ਆਸ਼ਰਮ ਦੇ ਵਿੱਚ ਕੰਮ ਕਰਨਾ, ਤਨਖਾਹ ਤੁਹਾਨੂੰ ਕੋਈ ਕਿਸੇ ਨੂੰ ਨਹੀਂ ਕਿ ਮਿਲਣੀ, ਕੰਮ ਕਰੋ ਅਤੇ ਕੰਮ ਤੋਂ ਵਿਹਲੇ ਹੋ ਕੇ ਆਪਣੇ ਵਾਸਤੇ ਰੋਜ਼ੀ ਜਿਹੜੀ ਰੋਟੀ ਦਾ ਖਰਚਾ ਤੁਹਾਡਾ ਜਿਹੜਾ ਕਿ ਨਹੀਂ ਉਹ ਵੀ ਬਾਹਰੋਂ ਕਮਾ ਕੇ ਲੈ ਕੇ ਆਓ ਜੀ। ਇਹ ਸੀਗਾ ਉਹਨਾਂ ਨੂੰ। ਫਿਰ ਬਾਅਦ 'ਚ ਪਾਰਟੀ ਨੇ ਸੋਚਿਆ ਕਿ ਇਹਦੇ ਨਾਲ ਕੀ ਹੋਵੇਗਾ, ਇਹਦੇ ਨਾਲ ਕਿ ਨਹੀਂ, ਟਾਈਮ ਦਾ ਬੜਾ ਹਰਜਾ ਹੋਵੇਗਾ, ਬੰਦਾ ਉੱਥੇ ਜਾ ਕੇ ਅਖਬਾਰ 'ਚ ਵੀ ਕੰਮ ਕਰੇ, ਯੁਗਾਂਤਰ ਆਸ਼ਰਮ ਵਿੱਚ ਵੀ, ਬਾਹਰ ਜਾ ਕੇ ਮੁੜ ਕੇ ਪੈਸੇ ਕਮਾ ਕੇ ਵੀ ਲੈ ਕੇ ਆਵੇ। ਇਸ ਕਰਕੇ ਉਹਨਾਂ ਨੇ ਕਿਹਾ ਕਿ ਨਹੀਂ, ਤੁਹਾਨੂੰ ਰੋਟੀ ਅਤੇ ਕੱਪੜਾ ਜਿਹੜਾ ਕਿ ਨਹੀਂ ਉਹ ਪਾਰਟੀ ਦੇਵੇਗੀ, ਤਨਖਾਹ ਕੋਈ ਨਹੀਂ ਹੋਊਗੀ, ਤੁਸੀਂ ਸਮਰਪਿਤ ਭਾਵ ਦੇ ਨਾਲ ਕੰਮ ਕਰਨਾ ਜੀ। ਕਹਿੰਦੇ ਨੇ ਬਾਬਾ ਸੋਹਣ ਸਿੰਘ ਭਗਨਾ ਇੱਕ ਥਾਂ 'ਤੇ ਲਿਖਦੇ ਉਹਨੂੰ, ਕਹਿੰਦੇ ਨੇ ਕਿ ਆਰਿਸ਼ ਜਿਹੜਾ ਸੀ ਕਿ ਨਹੀਂ ਕੋਈ ਇਨਕਲਾਬੀ, ਉਹ ਯੁਗਾਂਤਰ ਆਸ਼ਰਮ ਦੇ ਵਿੱਚ ਇਹਨਾਂ ਨੂੰ ਮਿਲਣ ਵਾਸਤੇ ਆਇਆ, ਕਿਉਂਕਿ ਜਿਹੜੇ ਦੂਜੀਆਂ ਕੌਮਾਂ ਦੇ ਜਿਹੜੇ ਇਨਕਲਾਬੀ ਸਨ ਗਦਰੀਆਂ ਦਾ ਉਹਨਾਂ ਨਾਲ ਵੀ ਤਾਲਮੇਲ ਸੀ, ਕਿਉਂਕਿ ਅੰਤਰਰਾਸ਼ਟਰੀ ਅਪਰੋਚ ਸੀਗੀ ਉਹਨਾਂ ਦੀ। ਉਹਨੇ ਕਿਹਾ ਵੀ ਤੁਹਾਡਾ ਖਰਚਾ ਕਿਵੇਂ ਚੱਲਦਾ? ਠੀਕ ਹੈ। ਬਾਬਾ ਭਗਨਾ ਨੇ ਕਿਹਾ ਕਿ ਤੁਹਾਡਾ ਖਰਚਾ ਕਿੰਨਾ ਆਉਂਦਾ, ਕਿੰਨੇ ਸਾਰੇ ਬੰਦੇ ਉੱਥੇ ਕੰਮ ਕਰਦੇ ਬਹੁਤ ਵੱਡੀ ਗਿਣਤੀ ਦੇ ਵਿੱਚ। ਉਹਨਾਂ ਨੇ ਕਿਹਾ ਸਿਰਫ $2 ਖਰਚਾ ਆਉਂਦਾ ਸਾਡਾ। ਠੀਕ ਹੈ। ਹੈਂ, ਉਹ ਹੈਰਾਨ ਹੋ ਗਿਆ ਵੀ $2 ਕਿਵੇਂ? ਉਹ ਕਹਿੰਦਾ ਵੀ ਜਿਹੜੀ ਅਨਾਜ ਆ, ਸਬਜ਼ੀਆਂ ਆ, ਹੋਰ ਸਾਰਾ ਕੁਛ ਆ, ਇਹ ਸਾਨੂੰ ਭਾਈ ਜਵਾਲਾ ਸਿੰਘ, ਬਾਬਾ ਵਿਸਾਖਾ ਸਿੰਘ ਅਤੇ ਸੰਤੋਖ ਸਿੰਘ ਧਰਦਿਓ ਹੋਰਾਂ ਦਾ ਜਿਹੜਾ ਫਾਰਮ ਹੈ ਕਿ ਨਹੀਂ, ਇਹ ਸਾਰਾ ਕੁਛ ਉੱਥੋਂ ਆ ਜਾਂਦਾ। ਸਿਰਫ $2 ਸਾਡਾ ਖਰਚਾ ਡਬਲ ਰੋਟੀ ਦਾ ਜੀ। ਜਿਹੜੀ ਡਬਲ ਰੋਟੀ ਅਸੀਂ ਬ੍ਰੈਡ ਜਿਹੜੀ ਲੈਂਦੇ ਹਾਂ ਕਿ ਨਹੀਂ, ਸਾਰਿਆਂ ਨੇ ਖਾਣੀ ਹੁੰਦੀ ਆ, ਉਹ $2 ਦੀ ਜਿਹੜੀ ਆਉਂਦੀ ਸਾਡਾ ਉਹ ਖਰਚਾ। ਉਹ ਹੈਰਾਨ ਹੋ ਗਿਆ ਜਦ ਬਾਬਾ ਜੀ ਕਹਿੰਦੇ, ਉਹਨੇ ਜਿੱਦਾਂ ਨਾ ਚੀਕ ਨਿਕਲਣ ਵਾਲੀ ਹੋ ਗਈ, ਕਹਿੰਦਾ ਕਮਾਲ ਆ, ਕਹਿੰਦਾ ਵੀ ਤੁਸੀਂ ਮਤਲਬ ਉਹ ਕੁਝ ਪ੍ਰਾਪਤ ਕਰ ਲਿਆ ਆਪਣੇ ਕਿਰਦਾਰ ਦੇ ਵਿੱਚ ਕਿ ਅਸੀਂ ਅਜੇ ਇਹ ਸਾਰਾ ਕੁਛ ਨਹੀਂ ਪ੍ਰਾਪਤ ਕਰ ਸਕੇ, ਔਰ ਜਿਹਨਾਂ ਜਿਹਨਾਂ ਲੋਕਾਂ ਦੇ ਵਿੱਚ ਇੰਨਾ ਬੰਦੇਜ ਹੋਗਾ ਹੈਗਾ, ਆਪਣੇ ਆਪ ਉੱਤੇ ਆਤਮ ਅਨੁਸ਼ਾਸਨ ਇੰਨਾ ਹੈਗਾ ਆ, ਲੋਕਾਂ ਦੇ ਦਿੱਤੇ ਹੋਏ ਪੈਸੇ ਨੂੰ ਇੰਨੀ ਸਰਫੇ ਦੇ ਨਾਲ ਵਰਤਦੇ ਨੇ, ਇੰਨੇ ਸੰਕੋਚ ਦੇ ਨਾਲ ਵਰਤਦੇ ਹੋ, ਤੁਹਾਨੂੰ ਜਿੱਤਣ ਤੋਂ ਕੋਈ ਜਿਹੜਾ ਉਹ ਤਾਕਤ ਰੋਕ ਨਹੀਂ ਸਕਦੀ ਜੀ। ਮੈਨੂੰ ਚੱਲਦਿਆਂ ਗੱਲ ਯਾਦ ਆ ਗਈ ਯੁਗਾਂਤਰ ਆਸ਼ਰਮ ਦੀ ਵੀ ਅਸੀਂ ਲਾਲਾ ਹਰਦਿਆਲ ਨੂੰ ਜਿੰਨੇ ਪੈਸੇ ਉਹਦੇ ਖਰਚੇ ਵਾਸਤੇ ਸੀਗੇ ਉਹ ਤੋਂ ਬਹੁਤ ਘੱਟ ਖਰਚ ਕੇ ਅਤੇ ਫਿਰ ਬਾਕੀ ਪੈਸੇ ਜਿਹੜੇ ਸੀ ਕਿ ਨਹੀਂ ਉਹ ਪਾਰਟੀ ਨੂੰ ਦੇ ਦਿੰਦਾ ਸੀਗਾ ਜੀ। ਇੱਥੋਂ ਤੱਕ ਇੱਕ ਵਾਰ ਦਾ ਜ਼ਿਕਰ ਆਉਂਦਾ ਆ ਕਿ ਲਾਲਾ ਹਰਦਿਆਲ ਦੀ ਜਿਹੜੀ ਪੈਰੀ ਪਾਉਣ ਵਾਲੀਆਂ ਚੱਪਲਾਂ ਸੀ ਕਿ ਨਹੀਂ ਉਹ ਇੰਨੀਆਂ ਘਸ ਗਈਆਂ, ਉਹਨਾਂ ਦਾ ਤਲਾ ਜਿਹੜਾ ਉਹਦੇ ਥੱਲੇ ਮੋਰੀਆਂ ਹੋ ਗਈਆਂ ਜੀ। ਅਤੇ ਇਹ ਦਰਸੀ ਚੰਚਈਆ ਜਿਹੜਾ ਭਗਤ ਆਪਣੇ ਕਰਤਾਰ ਸਿੰਘ ਸਰਾਭੇ ਹੋਰਾਂ ਦਾ ਯੂਨੀਵਰਸਿਟੀ ਵਿੱਚ ਸਾਥੀ ਸੀ ਕਿ ਨਹੀਂ, ਉਹਨੇ ਇਹ ਗੱਲ ਲਿਖੀ, ਉਹ ਕਹਿੰਦਾ ਕਿ ਕਰਤਾਰ ਨੇ ਉਹ ਚੱਪਲਾਂ ਕੱਸੀਆਂ ਹੋਈਆਂ ਵੇਖੀਆਂ ਅਤੇ ਮੈਨੂੰ ਕਹਿੰਦਾ ਕਿ ਲਾਲਾ ਜੀ ਦੇ ਵਾਸਤੇ ਆਪਾਂ ਨਵੀਆਂ ਚੱਪਲਾਂ ਲੈ ਕੇ ਆਈਏ, ਇਹਨਾਂ ਨੂੰ ਜੇ ਕਿਹਾ ਤਾਂ ਇਹਨਾਂ ਨੇ ਨਹੀਂ ਗੇ ਲੈਣੀਆਂ ਜੀ। ਉਹ ਕਹਿੰਦੇ ਕਿ ਅਸੀਂ ਉਹ ਚੱਪਲਾਂ ਲੈ ਕੇ ਆਏ ਅਤੇ ਮੈਂ ਉਹ ਚੱਪਲਾਂ ਜਿਹੜੀ ਸੀ ਕਿ ਨਹੀਂ ਲਾਲਾ ਜੀ ਦੇ ਪਲਕ ਦੇ ਕੋਲ ਜਿਹੜਾ ਸੀ ਜਿਹੜਾ ਬੈੱਡ ਸੀ ਉਹਦੇ ਲਾਗੇ ਰੱਖ ਦਿੱਤੀਆਂ, ਅਤੇ ਜਿਹੜੀਆਂ ਕੱਸੀਆਂ ਹੋਈਆਂ ਚੱਪਲਾਂ ਸੀ ਉਹ ਮੈਂ ਕਿਸੇ ਨੁੱਕਰ ਦੇ ਵਿੱਚ ਉਸੇ ਕਮਰੇ 'ਚ ਰੱਖ ਦਿੱਤੀਆਂ। ਕਰਤਾਰ ਆਇਆ, ਉਹਨੇ ਵੇਖਿਆ, ਉਹਨੇ ਆਖਿਆ ਉਹ ਕਮਲੇ ਆ ਕੀ ਕੀਤਾ ਤੂੰ, ਚੱਪਲਾਂ ਇੱਥੇ ਰੱਖੀਆਂ ਅਤੇ ਕੱਸੀਆਂ ਚੱਪਲਾਂ ਨੁੱਕਰ 'ਚ ਪਈਆਂ, ਜਦੋਂ ਉਹਨਾਂ ਨੇ ਨੁੱਕਰ ਵਿੱਚ ਕੱਸੀਆਂ ਚੱਪਲਾਂ ਪਈਆਂ ਵੇਖ ਲਈਆਂ ਕਿ ਨਹੀਂ, ਤਾਂ ਉਹਨਾਂ ਨੇ ਆਖਣਾ ਵੀ ਇਹਦੇ 'ਤੇ ਪੈਸੇ ਕਿਉਂ ਖਰਚੇ, ਮੈਂ ਉਹੀ ਵਰਤਣੀਆਂ ਚੱਪਲਾਂ। ਠੀਕ ਹੈ। ਪਰ ਇਹਨਾਂ ਚੱਪਲਾਂ ਨੂੰ ਨਾ ਹੁਣੇ ਚੁੱਕ ਕੇ ਅਤੇ ਗਾਰਬੇਜ ਕਰ ਦਿੱਤਾ ਕਿ ਉਹਨਾਂ ਨੂੰ ਲੱਭਣ ਹੀ ਨਾ। ਠੀਕ ਹੈ। ਮਤਲਬ ਇਹ ਰਵੱਈਆ ਸੀਗਾ ਉਹਨਾਂ ਲੋਕਾਂ ਦਾ ਕਿ ਜਿਹੜੇ ਵਰਤਣ ਵਾਲੇ ਨੇ ਉਹ ਕਿੰਨੇ ਸਰਫੇ 'ਤੇ ਸੰਕੋਚ ਨਾਲ ਵਰਤਦੇ ਪਏ ਨੇ। ਇਸ ਤੋਂ ਇਲਾਵਾ ਅਸੀਂ ਜਦੋਂ ਦੇਖਦੇ ਹਾਂ, ਹੁਣ ਜੇ ਆਪਾਂ ਕੈਨੇਡਾ ਦੀ ਗੱਲ ਕਰੀਏ, ਕਾਮਾਗਾਟਾ ਮਾਰੂ ਜਹਾਜ਼ ਗਿਆ, ਉਹਦੇ ਲਈ ਫਰਜ਼ ਕਰੋ ਜਿਹੜੇ $22,000 ਇਕੱਠਾ ਕਰਕੇ ਉਹਦਾ ਜਿਹੜਾ ਸੀ ਕਿਰਾਇਆ ਦਿੱਤਾ, ਔਰ ਉਹਦਾ ਪਟਾ ਜਿਹੜਾ ਸੀ ਉਹ ਆਪਣੇ ਨਾਂ ਦੇ ਉੱਤੇ ਅਸਰ ਰਹੀਮ ਅਤੇ ਭਾਈ ਭਾਗ ਸਿੰਘ ਹੋਰਾਂ ਨੇ ਕਰਵਾਇਆ, ਜਿੰਨਾ ਵੀ ਖਰਚਾ ਸੀ ਕਿ ਨਹੀਂ ਕਾਮਾਗਾਟਾ ਮਾਰੂ ਦਾ ਮੁਕੱਦਮਾ ਲੜਨ ਵਾਸਤੇ ਔਰ ਉਹਨਾਂ ਨੂੰ ਵਾਪਸ ਤੋਰਨ ਦੇ ਵਾਸਤੇ, ਇਹ ਸਾਰਾ ਗਦਰ ਪਾਰਟੀ ਵਾਲਿਆਂ ਨੇ ਕੀਤਾ ਸੀਗਾ। ਅੱਗੇ ਅਸੀਂ ਜੇ ਦੇਖੀਏ ਇਸ ਗੱਲ ਨੂੰ, ਜੇ ਆਪਾਂ ਅੱਗੇ ਤੋਰੀਏ ਤਾਂ ਆਪਾਂ ਇਹ ਦੇਖਦੇ, ਭਾਈ ਭਗਵਾਨ ਸਿੰਘ ਦਾ ਆਪਾਂ ਜ਼ਿਕਰ ਕੀਤਾ ਸੀ, ਭਾਈ ਭਗਵਾਨ ਸਿੰਘ ਨੇ ਜਦੋਂ ਇੱਧਰ ਆਉਣਾ ਸੀਗਾ ਜਪਾਨ ਤੋਂ, ਅਤੇ ਆਪਾਂ ਜ਼ਿਕਰ ਕੀਤਾ ਸੀ ਉਹਨਾਂ ਦਾ, ਜ਼ਿਕਰ ਕਰਦਾ ਕਿ ਉਹਨਾਂ ਨੇ ਕਿਹਾ ਸੀਗਾ ਤੁਰਤ ਪਈ ਮੈਨੂੰ ਕਿ ਨਹੀਂ ਇੰਨੇ
ਪੈਸੇ ਭੇਜੋ ਤੁਸੀਂ, ਹੈ ਨਾ। ਉਹ ਉਹਨਾਂ ਨੇ ਲਿਖ ਕੇ ਭੇਜਤੇ ਵੀ ਇੰਨੇ ਪਲੱਸ ਇੰਨੇ ਮੈਨੂੰ ਭੇਜ ਦਿਓ ਪੈਸੇ, ਕੋਡ ਵਰਡ ਦੇ ਰਾਹੀਂ ਉਹਨਾਂ ਨੇ ਉਸੇ ਵੇਲੇ ਉਹਨੂੰ ਭੇਜ ਦਿੱਤੇ। ਮਤਲਬ ਪੈਸਾ ਇਨਕਲਾਬੀ ਮੰਗਦਾ ਸੀਗਾ ਅਤੇ ਉਸੇ ਵੇਲੇ ਜਿਹੜੇ ਸੀ ਉਹ ਗਦਰੀ ਉਹਨਾਂ ਨੂੰ ਪੈਸੇ ਭੇਜਦੇ ਸੀਗੇ। ਸੋ ਡਾਕਟਰ ਸਾਹਿਬ, ਕੁਝ ਗੱਲਾਂ ਆਪਾਂ ਬਾਅਦ ਵਿੱਚ ਫਿਰ ਕਰਦੇ ਹਾਂ ਕਿ ਸਮਾਂ ਫਿਰ ਇੱਕ ਬ੍ਰੇਕ ਦਾ ਹੋ ਗਿਆ ਜੀ। ਠੀਕ ਹੈ। ਸੋ ਗੱਲਾਂ ਬਹੁਤ ਮਹੱਤਵਪੂਰਨ ਚੱਲ ਰਹੀਆਂ ਨੇ ਜੀ, ਅਤੇ ਲੇਕਿਨ ਸਮਾਂ ਇੱਕ ਬ੍ਰੇਕ ਦਾ ਹੋ ਗਿਆ। ਇਸ ਬ੍ਰੇਕ ਤੋਂ ਬਾਅਦ ਵਾਪਸ ਪਰਤ ਕੇ ਅਗਲੀ ਗੱਲ ਜਾਰੀ ਰੱਖਦੇ ਹਾਂ। ਪ੍ਰਾਈਮ ਏਸ਼ੀਆ ਟੀਵੀ ਨੂੰ ਤੁਸੀਂ ਕੈਨੇਡਾ ਵਿੱਚ ਦੇਖ ਸਕਦੇ ਹੋ ਬੈੱਲ ਸੈਟੇਲਾਈਟ ਚੈਨਲ ਨੰਬਰ 685, ਬੈੱਲ 5 ਟੀਵੀ ਚੈਨਲ ਨੰਬਰ 677, ਰੋਜਰਸ ਚੈਨਲ ਨੰਬਰ 935। ਵਾਚ ਅਸ ਵਰਲਡ ਵਾਈਡ ਔਨ ਯੱਪ ਟੀਵੀ, ਐਪਲ ਟੀਵੀ, ਸਮਾਰਟ ਟੀਵੀ, ਐਕਸਬਾਕਸ, PS4, ਐਮਾਜ਼ਾਨ ਫਾਸਟਿਕ, ਰੋਕੂ ਐਂਡ ਅਦਰ ਪਲੇਟਫਾਰਮਸ। ਤੁਸੀਂ ਆਪਣੇ ਐਪਲ ਜਾਂ ਐਂਡਰਾਇਡ ਫੋਨ ਵਿੱਚ ਸਾਡੀ ਐਪ ਵੀ ਡਾਊਨਲੋਡ ਕਰ ਸਕਦੇ ਹੋ, ਅਤੇ ਸਭ ਤੋਂ ਜ਼ਰੂਰੀ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਇਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਹਿਸਟਰੀ ਵਿੱਚ। ਗੱਲਾਂ ਬਾਤਾਂ ਚੱਲ ਰਹੀਆਂ ਸੀ ਪੰਜਾਬੀਆਂ ਦੇ ਖੁੱਲ੍ਹ ਦਿਲੇ ਸੁਭਾਅ ਬਾਰੇ ਕਿ ਜਦੋਂ ਕਿਸੇ ਜਥੇਬੰਦੀ ਦੇ ਨਾਲ ਦਿਲੋਂ ਜੁੜ ਜਾਂਦੇ ਨੇ ਤਾਂ ਫਿਰ ਉਹ ਧਨ ਖਰਚ ਨੂੰ ਵੀ ਜਾਂ ਜਿਹੜੀ ਚੰਦਾ ਦੇਣ ਨੂੰ ਵੀ ਉਸ ਜਥੇਬੰਦੀ ਦੀ ਸਪੋਰਟ ਕਰਨ ਤੋਂ ਬਿਲਕੁਲ ਪਿਛਾਂ ਨਹੀਂ ਹਟਦੇ। ਅਤੇ ਗੱਲ ਗਦਰ ਪਾਰਟੀ ਦੀ ਸਪੋਰਟ ਦੀ ਹੋ ਰਹੀ ਸੀ, ਅਤੇ ਅਗਲੀ ਗੱਲ ਜਿਹੜੀ ਆਪਾਂ ਡਾਕਟਰ ਸੰਧੂ ਹੋਣਾ ਦੇ ਨਾਲ ਕਰਦੇ ਹਾਂ। ਡਾਕਟਰ ਸਾਹਿਬ, ਤੁਸੀਂ ਸਮਰਪਣ ਦੀ ਭਾਵਨਾ ਦੱਸੀ ਕਿ ਕਿਸ ਤਰੀਕੇ ਨਾਲ ਲਾਲਾ ਹਰਦਿਆਲ ਜਾਂ ਹੋਰ ਜਿਹੜੇ ਆਗੂ ਸੀ ਉਹਨਾਂ ਦੀ ਸਮਰਪਣ ਦੀ ਭਾਵਨਾ ਇੰਨੀ ਸੀ। ਵੈਸੇ ਆਪਾਂ ਗੱਲ ਕਰ ਰਹੇ ਸੀ ਜਜ਼ਬਿਆਂ ਦੀ ਕਿ ਵੀ ਉਸ ਵੇਲੇ ਜਿਹੜੇ ਖਦਰ ਪਾਰਟੀ ਦੇ ਆਗੂ ਸੀ ਉਹਨਾਂ ਜਾਂ ਆਮ ਤੌਰ 'ਤੇ ਜਿਹੜੇ ਲੋਕ ਗਰਾਊਂਡ ਲੈਵਲ 'ਤੇ ਜੁੜੇ ਹੋਏ ਸੀ ਉਹਨਾਂ ਦਾ ਜਜ਼ਬਾ ਜਿਹੜਾ ਉਹ ਬਹੁਤ ਸੀ, ਇਸ ਤਰੀਕੇ ਦੀ ਜਿਹੜੀ ਸਪਿਰਿਟ ਸੀ ਉਹਨਾਂ ਦੇ ਵਿੱਚ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਆਪਾਂ ਕਿਤੇ ਪਹਿਲਾਂ ਗੱਲ ਕੀਤੀ ਸੀ ਪੰਜਾਬੀਆਂ ਦੇ ਸੁਭਾਅ ਬਾਰੇ ਕਿ ਪੰਜਾਬੀ ਜਜ਼ਬਾਤੀ ਹੁੰਦੇ ਨੇ, ਉਹਨਾਂ 'ਚ ਸਪਿਰਿਟ ਹੁੰਦੀ ਹੈ। ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ 'ਚ ਸੋਚਣ ਦਾ ਜਜ਼ਬਾ ਨਹੀਂ ਹੁੰਦਾ, ਲੇਕਿਨ ਜਿਹੜੀ ਵਿਉਂਤਬੰਦੀ ਜਾਂ ਪੁਖਤਾ ਯੋਜਨਾ ਦੇ ਆਧਾਰ 'ਤੇ ਜਥੇਬੰਦੀ ਨੂੰ ਗਾਂ ਚਲਾਉਣਾ ਤੁਹਾਨੂੰ ਲੱਗਦਾ ਸੀ? ਕਿਉਂਕਿ ਪਿਛਲੇ ਪ੍ਰੋਗਰਾਮ 'ਚ ਆਪਾਂ ਗੱਲ ਕੀਤੀ ਕਿ ਸਿਰਫ ਇਹਦੀ ਹੀ ਜ਼ਿਆਦਾ ਘਾਟ ਸੀ, ਜਜ਼ਬਾਤਾਂ ਦਾ ਪਾਰ ਹੋਣਾ, ਲਾਰ ਹੋ ਜਾਣਾ, ਕਾਹਲੀ ਕਾਹਲੀ ਫੈਸਲੇ ਲੈਣੇ? ਨਹੀਂ ਨਹੀਂ, ਇਹ ਜਿਹੜੇ ਫੈਕਟਰ ਨੇ ਨਾ ਕਈ, ਉਹਨਾਂ ਵਿੱਚੋਂ ਇੱਕ ਫੈਕਟਰ ਸੀਗਾ ਉਹ ਕੁਛ ਗੱਲਾਂ ਜਿਹੜੀਆਂ ਕਾਹਲੀ ਦੇ ਨਾਲ ਕਰਨੀਆਂ ਪਈਆਂ, ਮਜਬੂਰੀ 'ਚ ਕਰਨੀਆਂ ਪਈਆਂ। ਮਤਲਬ ਮਜਬੂਰੀ ਇਹ ਸੀ ਕਿ ਜੰਗ ਉਹਨਾਂ ਸੋਚੀ ਸੀ ਵੀ ਦੇਰ ਨੂੰ ਲੱਗੂਗੀ, ਜੰਗ ਛੇਤੀ ਲੱਗ ਗਈ, ਛੇਤੀ ਲੱਗ ਕਰਕੇ ਉਹ ਉਹਨਾਂ ਨੇ ਕਿਹਾ ਵੀ ਹੁਣ ਜਾਂ ਤਾਂ ਚੁੱਪ ਕਰਕੇ ਬੈਠੇ ਰਹੀਏ ਅਤੇ ਮੌਕਾ ਲੰਘ ਜਾਣ ਦੀ, ਠੀਕ ਹੈ ਨਾ। ਅਤੇ ਜੇ ਮੌਕਾ ਲੰਘ ਜਾਣ ਦਿੱਤਾ, ਮੁੜ ਕੇ ਪਤਾ ਨਹੀਂ ਕਦੋਂ ਇਹ ਮੌਕਾ ਮਿਲੇ। ਤੋ ਉਹ ਜਿਵੇਂ ਤੱਤ ਭੜੱਤੇ ਵਿੱਚ ਫੈਸਲਾ ਕਰਨਾ ਪਿਆ ਉਹਨਾਂ ਨੂੰ ਵੀ ਨਹੀਂ, ਹੁਣ ਮੌਕਾ ਨਹੀਂ ਗਵਾ ਦੇਣਾ ਚਾਹੀਦਾ ਉਹ, ਕਿਉਂਕਿ ਸਮਾਂ ਥੋੜ੍ਹਾ, ਇਹਦੇ 'ਚ ਸਾਰੀ ਪਲੈਨਿੰਗ ਯੋਜਨਾਬੰਦੀ ਨਹੀਂ ਸੀ ਹੋ ਸਕਦੀ, ਸਾਰੀ ਜਿਹੜੀਆਂ ਗੱਲਾਂ ਸੀ ਜਿਵੇਂ ਕਿ ਸੈਨਿਕ ਟ੍ਰੇਨਿੰਗ ਮਿਲਣ ਦੀ, ਹਥਿਆਰ ਇਕੱਠੇ ਕਰਨ ਦੀ, ਹੋਰ ਸਾਰਾ ਕੁਛ ਕਰਨ ਦੀ ਜਿਹੜੀ ਸੀਗੀ, ਇਹ ਸਮੇਂ ਦੀ ਘਾਟ ਕਰਕੇ ਸਾਰਾ ਕੁਛ ਨਹੀਂ ਹੋਇਆ। ਪਰ ਇਹਦੇ ਬਾਵਜੂਦ ਆਪਾਂ ਜਿਹੜੀ ਸਪਿਰਿਟ ਕਰ ਰਹੇ ਵੀ ਸਪਿਰਿਟ ਦੀ ਗੱਲ ਕਰ ਰਹੇ ਕਿ ਧਨ ਦੇ ਪੱਖੋਂ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ, ਮਤਲਬ ਜਦੋਂ ਹੁਣ ਫੈਸਲਾ ਹੋ ਗਿਆ ਕਿ ਵਾਪਸ ਜਾਣਾ ਜੀ, ਵਾਪਸ ਜਾਣ ਤੋਂ ਪਹਿਲਾਂ ਅਸੀਂ ਇਹ ਵੀ ਜ਼ਿਕਰ ਕਰਾਂਗੇ ਕਿ ਮਤਲਬ ਉਹਨਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਵਾਸਤੇ ਬਾਬਾ ਜਵਾਲਾ ਸਿੰਘ ਹੋਣਾ ਨੇ ਅਤੇ ਫਿਲੀਪੀਨਸ ਤੋਂ ਭਾਈ ਚਾਨਣ ਸਿੰਘ ਹੋਣਾ ਨੇ ਪੈਸੇ ਆਪਣੇ ਕੋਲੋਂ ਦੇ ਕੇ ਅਤੇ ਵਿਦਿਆਰਥੀਆਂ ਨੂੰ ਜਿਹੜਾ ਸੀ ਉੱਥੇ ਮੰਗਵਾਇਆ, ਤਾਂ ਕਿ ਇਹ ਪੜ੍ਹ ਲਿਖ ਕੇ ਅਤੇ ਦੇਸ਼ ਦੇ ਵਾਸਤੇ ਜਿਹੜਾ ਆਜ਼ਾਦੀ ਦੇ ਸੰਗਰਾਮ ਵਾਸਤੇ ਸਾਡੀ ਜਿਹੜੀ ਆ ਮਦਦ ਕਰ ਸਕਣ। ਇਸ ਪਾਸੇ ਵੀ ਉਹਨਾਂ ਨੇ ਕੰਮ ਕੀਤਾ। ਆਇਸ਼ ਮੌਂਗਰ ਅਤੇ ਸਲੈਟਰੀ ਦੋ ਜਿਹੜੇ ਸੀ ਕਿ ਨਹੀਂ CID ਦੇ ਅਫਸਰ, ਉਹਨਾਂ ਨੇ ਜਿਹੜਾ ਗਦਰ ਲਹਿਰ ਦਾ ਸਮੁੱਚਾ ਜਿਹੜੀ ਗੁਪਤ ਜਿਹੜੀ ਜਾਣਕਾਰੀ ਹੈ ਨਾ ਉਹ ਲਿਖੀ ਸੀ, ਜਿਹੜੀ ਛਪੀ ਹੋਈ ਹੈ ਉਹਦੇ ਵਿੱਚ ਉਹ ਕਹਿੰਦੇ ਨੇ ਜਦੋਂ ਜਾ ਰਹੇ ਸਨ ਗਦਰੀ ਵਾਪਸ, ਆਪਾਂ ਕਿਹਾ ਕਿ ਉਹ ਜਿਹੜੀ ਆਪਣੇ ਯੁਗਾਂਤਰ ਆਸ਼ਰਮ ਸੀਗੇ ਉਹਨੂੰ ਆਪਣੀਆਂ ਜਾਇਦਾਦਾਂ, ਆਪਣੇ ਕੋਲੋਂ ਪੈਸੇ ਜਿਹੜੇ ਸੀ ਕਿ ਜੋ ਕੁਝ ਉੱਥੇ ਸਮਰਪਿਤ ਕਰਕੇ ਜਾ ਰਹੇ ਸੀਗੇ। ਔਰ ਸਥਿਤੀ ਇਹ ਸੀਗੀ ਕਿ ਉਹ ਆਇਸ ਮੌਂਗਰ ਅਤੇ ਸਲੈਟਰੀ ਲਿਖਦੇ ਨੇ ਕਿ ਵਿਕਟੋਰੀਆ ਦੇ ਇੱਕ ਗੋਰੇ ਨੇ, ਉੱਥੋਂ ਦਾ ਜਿਹੜਾ ਸਕੱਤਰ ਸੀ ਕਿ ਨਹੀਂ, ਰਾਜ ਦਾ ਸਕੱਤਰ ਜਿਹੜਾ ਸੀਗਾ ਨਾ, ਉਹਨੂੰ ਇਹ ਚਿੱਠੀ ਲਿਖੀ ਕਿ ਮੈਨੂੰ ਕਿ ਨਹੀਂ ਇੱਕ ਮੇਰਾ ਇੱਕ ਮਿੱਤਰ ਹੈਗਾ ਜਿਹੜਾ ਰੀਅਲ ਅਸਟੇਟ ਦਾ ਕੰਮ ਕਰਦਾ, ਦਲਾਲ ਹੈਗਾ ਜੀ, ਹੈ ਨਾ, ਉਹਨੂੰ ਇਹ ਪਤਾ, ਉਹਦੇ ਕੋਲ ਇੱਕ ਬੰਦਾ ਆਇਆ ਵਾ ਜਿਹੜਾ ਸਿੱਖ ਆ, ਉਹ ਕਹਿੰਦਾ ਕਿ ਮੇਰੇ ਦੋ ਮੇਰੀਆਂ ਜਾਇਦਾਦਾਂ ਹੈਗੀਆਂ ਨੇ, ਤੋ ਇਹਨਾਂ ਨੂੰ ਅੱਧੀ ਕੀਮਤ ਦੇ ਵੇਚ ਦੇ, ਠੀਕ ਹੈ, ਅਤੇ ਕਿਉਂਕਿ ਮੈਂ ਆਪਣੇ ਘਰ ਪੈਸੇ ਭੇਜਣੇ ਆ। ਮਤਲਬ ਅਸਲ 'ਚ ਗੱਲ ਇਹ ਸੀਗੀ ਕਿ ਅੱਧੀ ਕੀਮਤ ਦੇ ਉੱਤੇ ਵੀ ਜਿੰਨੇ ਪੈਸੇ ਵੱਟੇ ਜਾਂਦੇ ਉਹ ਵੱਟ ਕੇ ਅਤੇ ਜਿਹੜਾ ਕਿ ਨਹੀਂ ਉਹ ਦੇਸ਼ ਦੇ ਵਾਸਤੇ ਜਾਣਾ, ਅੱਧੀ ਕੀਮਤ ਦੇ ਉੱਤੇ ਜਾਣ ਨੂੰ ਤਿਆਰ ਹੈ। ਔਰ ਇਹ ਹਵਾਲੇ ਹੈਗੇ ਨੇ ਕਿ ਅੱਧੀ ਕੀਮਤ ਉੱਤੇ ਅਮਰੀਕਾ ਦੇ ਵਿੱਚ ਵੀ ਲੋਕਾਂ ਨੇ ਆਪਣੀਆਂ ਜਾਇਦਾਦਾਂ ਵੇਚੀਆਂ ਅਤੇ ਕੈਨੇਡਾ ਦੇ ਵਿੱਚ ਵੀ ਲੋਕਾਂ ਨੇ ਵੇਚੀਆਂ ਆਪਣੀਆਂ ਜਾਇਦਾਦਾਂ। ਇਹ ਸਪੀਡ ਸੀਗੀ ਉਹਨਾਂ ਲੋਕਾਂ ਦੀ। ਔਰ ਜਦੋਂ ਭਾਰਤ ਵਿੱਚ ਆਉਂਦੇ ਆ
ਉੱਥੇ ਹੁਣ ਜਿਵੇਂ ਰਾਮ ਸਿੰਘ ਧਲੇਤੇ ਬਾਰੇ ਗੱਲ ਕੀਤੀ ਸੀ ਆਪਾਂ ਪਿੱਛੇ ਕਿ ਉਹ $38,000 ਜਿਹੜਾ ਸੀਗਾ ਉਹ ਰਾਮ ਚੰਦ ਨੂੰ ਦੇ ਕੇ ਗਿਆ ਸੀਗਾ ਜੀ, ਆਪਣੇ ਕੋਲ ਉਹ ਵੱਡੀ ਅਸਾਮੀ ਸੀਗੀ। ਬਾਬਾ ਜਵਾਲਾ ਸਿੰਘ ਆਪਣੇ ਨਾਲ, ਕਿਉਂਕਿ ਉਹ ਆਲੂਆਂ ਦੇ ਬਾਦਸ਼ਾਹ ਉਸ ਵੇਲੇ ਗਿਣੇ ਜਾਂਦੇ ਸੀ, $24,000 ਜਿਹੜਾ ਸੀ ਉਹ ਲੈ ਕੇ ਗਏ, ਜਿਹੜਾ ਉਹਨਾਂ ਦਾ ਜ਼ਬਤੀ ਹੋ ਗਿਆ ਜਹਾਜ਼ ਤੋਂ ਉੱਤਰਦੇ ਹੀ, ਹੈ ਨਾ। ਜਦੋਂ ਉਹਨਾਂ ਨੇ ਉੱਥੇ ਇਕੱਠੇ ਹੋਏ, ਜਦੋਂ ਪਾਰਟੀ ਨੂੰ ਦੁਬਾਰਾ ਰੀਔਰਗਨਾਈਜ਼ ਕੀਤਾ ਜਾ ਰਿਹਾ ਸੀਗਾ, ਪੈਸਿਆਂ ਦੀ ਬੜੀ ਲੋੜ ਸੀਗੀ ਕਿਉਂਕਿ ਪਿੱਛੋਂ ਪੈਸਾ ਮਿਲਿਆ ਨੀਗਾ, ਠੀਕ ਹੈ, ਅਤੇ ਰਾਮਚੰਦ ਉਹਨਾਂ ਨੇ ਭੇਜਿਆ ਨੀਗਾ ਕੋਈ ਪੈਸਾ। ਆਪਣੇ ਕੋਲ ਜਿਹੜੇ ਪੈਸੇ ਸੀਗੇ, ਬਾਬਾ ਵਿਸਾਖ ਸਿੰਘ ਹੋਰਾਂ ਨੇ, ਨਿਧਾਨ ਸਿੰਘ ਹੋਰਾਂ ਨੇ, ਦੂਜਿਆਂ ਨੇ, ਸਾਰਿਆਂ ਨੇ ਜਿੰਨੇ ਜਿੰਨੇ ਪੈਸੇ ਉਹਨਾਂ ਦੇ ਕੋਲ ਸੀਗੇ, ਜਗਤ ਰਾਮ ਹੋਰਾਂ ਨੇ, ਅਮਰ ਸਿੰਘ ਹੋਰਾਂ ਨੇ, ਇਹ ਸਾਰੇ ਜਿੰਨੇ ਜਿੰਨੇ ਡਾਲਰ ਕੋਲੋਂ ਸੀ ਪਹਿਲਾਂ ਕੋਲੋਂ ਇਕੱਠੇ ਕੀਤੇ, ਫਿਰ ਮੁੜ ਕੇ ਜੇ ਇਹਨੇ ਨਾਲ ਵੀ ਨਹੀਂ ਸਰਿਆ, ਲੋਕਾਂ ਦੇ ਸਾਥੀਆਂ ਤੋਂ ਮੰਗੇ, ਭਗਤ ਸਿੰਘ ਹੋਣਾ ਦੇ ਪਿਤਾ ਨੇ ਉਹਨਾਂ ਨੂੰ 1,000 ਰੁਪਇਆ ਦਿੱਤਾ ਸੀਗਾ, ਇਸ ਤਰ੍ਹਾਂ ਹੋਰਨਾਂ ਨੇ ਦਿੱਤੇ। ਖੈਰ ਜੀ, ਜਦੋਂ ਡਾਕੇ ਮਾਰੇ ਪੈਸਿਆਂ ਦੀ ਜ਼ਰੂਰਤ ਵਾਸਤੇ, ਔਰ ਉਹਨਾਂ ਦਾ ਮਤਲਬ ਕੋਈ ਪੈਸਾ ਉਹਨਾਂ ਨੇ ਆਪਣੇ ਉੱਤੇ ਨਹੀਂ ਖਰਚਿਆ, ਆਪ ਨਹੀਂ ਗਾ ਲਿਆ। ਇਹ ਸਾਜਿਸ਼ ਦੇ ਜਿਹੜੇ ਮੁਕੱਦਮੇ ਹੈ ਕਿ ਨਹੀਂ, ਉਹਨਾਂ ਮੁਕੱਦਮਿਆਂ ਦੇ ਵਿੱਚ ਵੀ ਇਹ ਦਰਜ ਹੈ ਕਿ ਜਿਹੜੇ ਪੈਸੇ ਡਾਕਿਆਂ ਦੇ ਵਿੱਚ ਜਿਹੜਾ ਕਿ ਨਹੀਂ ਉਹ ਲੁੱਟੇ ਗਏ, ਉਹ ਸਾਰੇ ਦੇ ਸਾਰੇ ਜਿਹੜੇ ਸੀਗੇ ਉਹ ਗਦਰ ਲਹਿਰ ਦੇ ਵਾਸਤੇ, ਹਥਿਆਰ ਖਰੀਦਣ ਵਾਸਤੇ ਵਰਤੇ ਗਏ। ਮਤਲਬ ਜਿਹੜੀ ਸਰਕਾਰ ਹੈ ਕਿ ਨਹੀਂ, ਉਹ ਖੁਦ ਵੀ ਕਹਿੰਦੀ ਹੈ ਕਿ ਇਹਨਾਂ ਨੇ ਇਹ ਪੈਸੇ ਆਪਣੇ ਆਪ ਦੇ ਉੱਤੇ ਕਿਤੇ ਵੀ ਨਹੀਂ ਵਰਤੇ। ਔਰ ਸਚਿੰਦਰ ਰਾਜ ਸਾਨਿਆਲ ਕਹਿੰਦਾ ਜਦੋਂ ਮੈਂ ਇਹਨਾਂ ਨੂੰ ਗਦਰੀਆਂ ਨੂੰ ਕਿਹਾ ਕਿ ਹਥਿਆਰ ਲੈਣ ਵਾਸਤੇ ਪੈਸੇ ਦੀ ਜ਼ਰੂਰਤ ਹੈਗੀ ਆ, ਤਾਂ ਕਹਿੰਦਾ ਉਹਨਾਂ ਨੇ ਸੋਨੇ ਦੀਆਂ ਗੋਲ ਗੋਲ ਮੋਹਰਾਂ ਜਿਹੜੀਆਂ ਸੀ ਕਿ ਨਹੀਂ, ਹੈਂ, ਉਹਨਾਂ ਦੇ ਮੇਰੇ ਅੱਗੇ ਢੇਰੀ ਲਾ ਦਿੱਤੀ, ਠੀਕ ਹੈ। ਕਹਿੰਦਾ ਕਿ ਮੈਂ ਇਹ ਵੇਖ ਕੇ ਹੈਰਾਨ ਹੋ ਗਿਆ ਕਿ ਇਹ ਇੰਨੀ ਇਹਨਾਂ ਦੇ ਵਿੱਚ ਸਮਰਪਣ ਦੀ ਭਾਵਨਾ ਹੈਗੀ ਹੈ, ਬੰਦਾ ਤਾਂ ਪੈਸਾ ਛੇਤੀ ਹੱਥੋਂ ਕੱਢਦਾ ਨਹੀਂ। ਔਰ ਕਹਿੰਦਾ ਕਿ ਮੈਂ ਇਹ ਜਦੋਂ ਦੇਖਿਆ ਤਾਂ ਮੈਂ ਹੈਰਾਨ ਹੋ ਗਿਆ, ਕਿ ਉਹ ਕਹਿੰਦਾ ਸਾਡੇ ਬੰਗਾਲ ਦੇ ਵਿੱਚ, ਬੰਗਾਲ ਵਿੱਚ ਇਸ ਤਰ੍ਹਾਂ ਦੀ ਆਸ ਨਹੀਂ ਸੀ ਕੀਤੀ ਜਾ ਸਕਦੀ ਕਦੇ ਵੀ, ਹੈ ਨਾ। ਮਤਲਬ ਇਹ ਸਾਰੇ ਜਿਹੜੇ ਮੈਂ ਵੇਰਵੇ ਤੁਹਾਡੇ ਨਾਲ ਸਾਂਝੇ ਕਰਦਾ ਪਿਆ, ਇਹ ਇਸ ਕਰਕੇ ਕੀਤੇ ਆ ਕਿ ਜਿਹੜਾ ਧਨ ਹੈ ਕਿ ਨਹੀਂ ਜੀ, ਇਹ ਪਹਿਲੀ ਚੀਜ਼ ਹੈਗੀ ਆ, ਔਰ ਇਹ ਛੋਟੀ ਤੋਂ ਛੋਟੀ ਗੱਲ ਹੈਗੀ ਆ, ਠੀਕ ਹੈ, ਜਿਹੜੀ ਕਿ ਨਹੀਂ ਬੰਦਾ ਦੇ ਸਕਦਾ, ਹੈ ਨਾ। ਔਰ ਉਹਨਾਂ ਨੇ ਆਪਣਾ ਆਪ ਜਿਹੜਾ ਸੀ ਉਹ ਲੁਟਾਉਣ ਦੇ ਵਾਸਤੇ ਜਿਹੜਾ ਸੀ ਉਹ ਤਿਆਰ ਸੀਗੇ, ਆਮ ਲੋਕ ਵੀ ਅਤੇ ਜਿਹੜੇ ਆਗੂ ਸਨ ਉਹ ਵੀ, ਔਰ ਆਪਣੇ ਉੱਤੇ ਪੈਸੇ ਨਹੀਂ ਸੀ ਖਰਚ ਰਹੇ। ਇਹ ਗਦਰ ਲਹਿਰ ਦੀ ਇੱਕ ਸਪਿਰਿਟ ਸੀਗੀ ਆਰਥਿਕ ਪੱਖ ਦੇ ਉੱਤੇ, ਜਿਹੜੀ ਆਪਾਂ ਗੱਲ ਕਰਦੇ ਹਾਂ ਅੱਗੇ ਮੌਤ ਦੇ ਰੂਬਰੂ ਕਿਵੇਂ ਖੜੋਤੇ, ਕਿਵੇਂ ਉਹਨਾਂ ਦੀ, ਕਿਵੇਂ ਉਹਨਾਂ ਨੇ ਜ਼ਾਤ ਮਜ਼ਹਬ ਧਰਮ ਅਤੇ ਲਿੰਗ ਤੋਂ ਉੱਪਰ ਉੱਠ ਕੇ ਇੱਕ ਵੱਖਰੀ ਤਰ੍ਹਾਂ ਦੀ ਅੰਤਰਰਾਸ਼ਟਰੀ ਜਿਹੜੀ ਪਹੁੰਚ ਵਾਲੀ ਲੜਾਈ ਜਿਹੜੀ ਸੀ ਉਹ ਲੜੀ, ਇਹਦੇ ਔਰ ਦੂਜੀਆਂ ਜਿਹੜੀਆਂ ਲਹਿਰਾਂ ਸੀ ਉਹਨਾਂ ਉੱਤੇ ਇਹਨਾਂ ਨੇ ਕੀ ਪ੍ਰਭਾਵ ਪਾਇਆ ਆਉਣ ਵਾਲੀਆਂ ਦੇ ਉੱਤੇ, ਜੀ ਬਿਲਕੁਲ, ਇਹਦੇ ਬਾਰੇ ਆਪਾਂ ਗੱਲਾਂ ਕਰ ਸਕਦੇ। ਇਹ ਗੱਲਾਂ ਬਹੁਤ ਮਹੱਤਵਪੂਰਨ ਨੇ, ਲੇਕਿਨ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ, ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਇਹਨਾਂ ਪਹਿਲੂਆਂ ਉੱਪਰ ਜਿਹੜਾ ਜੀ ਗੱਲਬਾਤ ਕਰਾਂਗੇ। ਸੋ ਅੱਜ ਦੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ ਜੀ, ਅਤੇ ਅਗਲੇ ਪ੍ਰੋਗਰਾਮ ਦੇ ਵਿੱਚ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਆਉਣ ਵਾਲੀਆਂ ਜਿਹੜੀਆਂ ਲਹਿਰਾਂ ਸੀ ਉਹਦੇ ਉੱਪਰ ਕੀ ਪ੍ਰਭਾਵ ਪਿਆ ਉਹਦੇ ਬਾਰੇ ਗੱਲ ਕਰਾਂਗੇ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।